ਇੱਦਾਂ ਹੀ MS ਰੰਧਾਵਾ ਸਾਹਿਬ ਦਾ ਜੇ ਤੁਸੀਂ ਕਦੀ ਨਾਮ ਸੁਣਿਆ ਹੋਵੇ, ਮੈਂ ਹਮੇਸ਼ਾ ਉਹਨਾਂ ਦਾ ਜ਼ਿਕਰ ਕਰਨਾ ਚਾਹੁੰਦਾ। ਅੱਜ ਵੀ ਮੈਂ ਕੈਮਰੇ 'ਚ ਦੱਸ ਤੁਹਾਨੂੰ ਤਾਕੀਦ ਕਰਦਾ, ਮਹਿੰਦਰ ਸਿੰਘ ਰੰਧਾਵਾ ਉਹਨਾਂ ਦਾ ਨਾਮ ਸੀ। ਇਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ, ਪਰ ਉਹ ਇੰਡੀਆ ਇੰਡੀਪੈਂਡੈਂਟ ਇੰਡੀਆ ਦੇ ਪਹਿਲੇ ICS ਸੀਗੇ, ਜਿੱਦਾਂ ਹੁਣ IAS ਹੁੰਦੇ ਆ। ਇੰਡੀਪੈਂਡੈਂਟ ਇੰਡੀਆ ਦੇ ਦਿੱਲੀ ਦੇ ਪਹਿਲੇ ਡਿਪਟੀ ਕਮਿਸ਼ਨਰ ਸੀ, ਜਦੋਂ ਜਵਾਹਰ ਲਾਲ ਨਹਿਰੂ ਸਪੀਚ ਦੇ ਰਿਹਾ ਸੀ ਇੰਡੀਪੈਂਡੈਂਸ ਦੀ, ਜਿਹੜਾ ਇਵੈਂਟ ਹੋਇਆ ਸੀ ਉਹਦੀ ਮੈਨੇਜਮੈਂਟ ਉਹਨਾਂ ਦੇ ਕੋਲ ਸੀ। ਅੱਛਾ, ਇਹ ਸ਼ਹਿਰ ਜਿੱਥੇ ਅਸੀਂ ਬੈਠੇ ਹਾਂ, ਇਹਦੇ ਵਿੱਚ ਜਿੰਨਾ ਵੀ ਆਰਟਿਸਟਿਕ ਅਪਰੋਚ ਆ, ਚਾਹੇ ਉਹ ਆਰਟਸ ਕਾਲਜ ਸੈਕਟਰ 10 ਆ, ਜਿੰਨੀ ਵੀ ਪਲਾਂਟੇਸ਼ਨ ਆ ਟਰੀਜ਼ ਦੀ ਸੜਕਾਂ ਦੇ ਉੱਤੇ, ਕਿਉਂਕਿ ਉਹ ਬੋਟਨੀ ਦੀ ਡਾਕਟਰੇਟ ਸੀਗੇ ਯੂਰਪ ਤੋਂ, ਅਤੇ ਇਹ ਉਹਨਾਂ ਨੇ ਲਾਈ ਹੋਈ ਆ। ਐਗਰੀਕਲਚਰ ਯੂਨੀਵਰਸਿਟੀ ਉਹਨਾਂ ਨੇ ਬਣਵਾਈ। ਅੱਛਾ, ਠੀਕ ਹੈ ਜੀ। ਉਹਦੇ ਪਹਿਲੇ ਚ ਵਾਈਸ ਚਾਂਸਲਰ ਵੀ ਉਹ ਸੀ, ਇੱਥੋਂ ਦੇ ਪਹਿਲੇ ਕਲੈਕਟਰ ਉਹ ਸੀ, ਕਮਿਸ਼ਨਰ ਉਹ ਸੀ। ਜਦੋਂ ਬਟਵਾਰਾ ਹੋਇਆ ਉਸ ਤੋਂ ਬਾਅਦ ਜਿਹੜੀ ਜ਼ਮੀਨਾਂ ਦੀ ਅਦਲਾ ਬਦਲੀ ਕਰਨੀ ਪਈ ਉਹਦੇ ਲਈ, ਜੇ ਫਰਜ਼ ਕਰੋ ਜੇ ਤੁਹਾਡੇ ਕੋਲ ਸਰਗੋਧੇ ਜਾਂ ਮੁਲਤਾਨ